ਕਹਿਣ ਦਾ ਮਤਲਬ ਹੈ ਕਿ ਖੁਦਾਵੰਦ ਖੁਦਾ ਦੇ ਕਲਾਮ ਦੇ ਅਨੁਸਾਰ ਏਲੀਜਾ ਦੇ ਬਾਰੇ ਲਿਖਿਆ ਵੀ ਉਹਨੇ ਤਦੋਂ ਮਨੋਂ ਪ੍ਰਾਰਥਨਾ ਕੀਤੀ ਸੀ। ਉਹਨੇ ਪਹਿਲਾਂ ਉਸ ਹੁਕਮ ਨੂੰ ਦੇਣ ਦੇ ਲਈ ਤਿਆਰੀ ਕੀਤੀ ਜਿਹਦੇ ਬਾਰੇ ਉਹਨੂੰ ਪਤਾ ਸੀ ਕਿ ਜਦੋਂ ਮੈਂ ਕਵਾਂਗਾ ਤੇ ਫਿਰ ਖੁਦਾ ਮੇਰੇ ਇਹਨਾਂ ਸ਼ਬਦਾਂ ਦੀ ਲਾਜ ਨੂੰ ਰੱਖੂਗਾ। ਔਰ ਖੁਦਾਵੰਦ ਖੁਦਾ ਨੇ ਸ਼ਬਦਾਂ ਦੀ ਲਾਜ ਨੂੰ ਰੱਖਿਆ ਔਰ ਫਿਰ ਜਦੋਂ ਬਾਰਿਸ਼ ਪਾਉਣੀ ਸੀ ਫਿਰ ਉਹਨੇ ਦੁਆ ਕੀਤੀ ਔਰ ਫਿਰ ਆਪਣੇ ਆਪ ਨੂੰ ਉਹਨੇ ਇੰਨਾ ਕੁ ਖੁਦਾ ਦੇ ਅੱਗੇ ਝੁਕਾਇਆ ਤਾਂ ਕਿ ਖੁਦਾ ਨੇ ਜਿਹੜੀ ਉਹਦੀ ਲਾਜ ਰੱਖੀ ਸੀ ਸਭ ਤੋਂ ਪਹਿਲਾਂ ਉਹਦੇ ਲਈ ਉਹਦੇ ਅੱਗੇ ਝੁਕਿਆ। ਫਿਰ ਉਹਨੇ ਕਿਹਾ ਵੀ ਹੁਣ ਜਿਵੇਂ ਤੂੰ ਮੇਰੇ ਸ਼ਬਦਾਂ ਦੀ ਲਾਜ ਰੱਖੀ ਤੇ ਮੈਂ ਹੁਣ ਵੀ ਰੱਖ ਤੇ ਉਸੇ ਅਨੁਸਾਰ ਕੰਮ ਕਰ ਜਿਸ ਤੋਂ ਅਨੁਸਾਰ ਤੂੰ ਪਹਿਲਾਂ ਕੰਮ ਕੀਤਾ ਸੀਗਾ। ਜਦੋਂ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਹਾਂ ਫਿਰ ਉਹ ਸਾਡੇ ਲਈ ਕੰਮ ਕਰਦਾ ਹੈ, ਲੇਕਿਨ ਜਦੋਂ ਅਸੀਂ ਆਪਣੀ ਇੱਛਾ ਦੇ ਨਾਲ ਮੰਗਦੇ ਹਾਂ ਫਿਰ ਖੁਦਾ ਕੰਮ ਨਹੀਂ ਕਰਦਾ। ਔਰ ਕੰਮ ਕਰਾਉਣ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਪ੍ਰਾਰਥਨਾ ਕਿੱਥੇ ਕਰਨੀ ਹੈ ਤੇ ਹੁਕਮ ਜਿਹੜਾ ਉਹ ਕਿੱਥੇ ਦੇਣਾ ਹੈ। ਯਾਕੂਬ ਦੇ ਖਾਤੇ 'ਚ ਲਿਖਿਆ, ਤੁਮ ਮੰਗਦੇ ਤੋ ਹੋ ਪਰ ਪਾਤੇ ਨਹੀਂ ਕਿਉਂਕਿ ਬੁਰੇ ਉਦੇਸ਼ੇ ਸੇ ਮੰਗਤੇ ਹੋ ਕਿ ਆਪਣੇ ਐਸ਼ੋ ਆਰਾਮ ਮੇਂ ਤੁਮ ਉਸੇ ਇਸਤੇਮਾਲ ਕਰ ਸਕੋ। ਹਾਲੇਲੂਇਆ। ਮੰਗਦੇ ਹਾਂ ਲੇਕਿਨ ਬਦ ਨੀਤੀ ਦੇ ਨਾਲ ਮੰਗਦੇ ਹਾਂ, ਖੁਦਾ ਦੇ ਲਈ ਨਹੀਂ ਮੰਗਦੇ, ਦੁਨੀਆਂ ਦੇ ਲਈ ਮੰਗਦੇ ਹਾਂ, ਦੁਨੀਆਂ ਦੀਆਂ ਚੀਜ਼ਾਂ ਨੂੰ ਮੰਗਦੇ ਹਾਂ, ਐਸ਼ੋ ਆਰਾਮ ਨੂੰ ਮੰਗਦੇ ਹਾਂ। ਖੁਦਾ ਕਹਿੰਦਾ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ, ਤੇ ਖੁਦਾ ਨੇ ਉੱਤਰ ਇਹ ਨਹੀਂ ਸੀ ਦੇਣਾ ਵੀ ਤੂੰ ਮੈਨੂੰ ਪੁਕਾਰ ਤੇ ਕੋਠੀ ਮੈਂ ਤੈਨੂੰ ਦੇ ਦੂੰਗਾ, ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਬੰਗਲਾ ਦੇ ਦੂੰਗਾ, ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਕਾਰ ਦੇ ਦੂੰਗਾ। ਜਿਹੜੀ ਚੀਜ਼ ਮੰਗਣ ਵਾਲੀ ਖੁਦਾ ਕਹਿੰਦਾ ਉਹ ਤੇ ਤੁਸੀਂ ਮੰਗਦੇ, ਤੁਸੀਂ ਉਹ ਚੀਜ਼ਾਂ ਮੰਗਦੇ ਹੋ ਜਿਹੜੀਆਂ ਆਪਣੇ ਭੋਗ ਵਿਲਾਸਾਂ ਦੇ ਵਿੱਚ ਤੁਸੀਂ ਲੁਟਾ ਸਕੋ। ਤੁਸੀਂ ਆਪਣੀਆਂ ਸਰੀਰਕ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀਆਂ ਚੀਜ਼ਾਂ ਮੰਗਦੇ ਹੋ, ਅੱਜ ਤੱਕ ਤੁਸੀਂ ਉਹ ਚੀਜ਼ ਮੰਗੀ ਨਹੀਂ ਹੈ ਜਿਹੜੀ ਖੁਦਾ ਚਾਹੁੰਦਾ ਕਿ ਅਸੀਂ ਉਹਦੇ ਕੋਲੋਂ ਮੰਗੀਏ। ਔਰ ਫਿਰ ਫਿਲਪੀਓ ਦੇ ਖਾਤੇ ਲਿਖਿਆ, ਕਿਸੇ ਵੀ ਬਾਤ ਕੀ ਚਿੰਤਾ ਮਤ ਕਰੋ ਬਲਕਿ ਪ੍ਰਤੀਕ ਬਾਤ ਮੇਂ ਪ੍ਰਾਰਥਨਾ ਔਰ ਨਿਵੇਦਨ ਕੇ ਦੁਆਰਾ ਵਿਨਤੀ ਧੰਨਵਾਦ ਕੇ ਸਾਥ ਖੁਦਾ ਕੇ ਸਾਹਮਣੇ ਪੇਸ਼ ਕੀ ਜਾਏ। ਚਾਰ ਗੱਲਾਂ ਇੱਥੇ ਲਿਖੀਆਂ। ਨੰਬਰ ਇੱਕ ਪ੍ਰਾਰਥਨਾ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਪ੍ਰੇਅਰ ਕਹਿੰਦੇ ਹਾਂ। ਨੰਬਰ ਦੋ ਨਿਵੇਦਨ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਪਟੀਸ਼ਨ ਕਹਿੰਦੇ ਹਾਂ। ਨੰਬਰ ਤਿੰਨ ਰਿਕੁਐਸਟ, ਜਿਹਨੂੰ ਕਿ ਅਸੀਂ ਬੇਨਤੀ ਕਹਿੰਦੇ ਹਾਂ। ਨੰਬਰ ਚਾਰ ਧੰਨਵਾਦ, ਜਿਹਨੂੰ ਥੈਂਕਸ ਗਿਵਿੰਗ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ। ਚਾਰ ਚੀਜ਼ਾਂ ਹਨ ਔਰ ਇਹ ਚਾਰ ਚੀਜ਼ਾਂ ਦੇ ਬਾਰੇ ਜਦੋਂ ਵਿਚਾਰ ਕਰਦੇ ਹਾਂ ਪ੍ਰਾਰਥਨਾ ਦਾ ਮਤਲਬ ਜਿਹੜਾ ਹੋ ਰਿਹਾ ਪਟੀਸ਼ਨ ਜਿਹੜੀ ਅਸੀਂ ਕਰਦੇ ਹਾਂ ਉਹ ਕੋਈ ਅਸੀਂ ਆਪਣੀ ਡਿਮਾਂਡ ਜਦੋਂ ਸਰਕਾਰ ਦੇ ਕੋਲ ਰੱਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਇਸ ਕੰਮ ਨੂੰ ਲੈ ਕੇ ਉਹਦੀ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਹੈ ਤੇ ਫਿਰ ਉਹਦੇ ਉੱਤੇ ਇੱਕ ਬੈਂਚ ਪੈਂਦਾ ਹੈ ਤੇ ਉਸ ਪਟੀਸ਼ਨ ਦੇ ਉੱਤੇ ਫਿਰ ਵਿਚਾਰ ਕੀਤਾ ਜਾਂਦਾ ਤੇ ਫਿਰ ਉਹਦਾ ਜਵਾਬ ਦਿੱਤਾ ਜਾਂਦਾ। ਕਈ ਵਾਰੀ ਅਸੀਂ ਕੀਤੀ ਪਟੀਸ਼ਨ ਹੁੰਦੀ ਹੈ ਤਾਂ ਉਹਨੂੰ ਸਮਝੀ ਦਵਾ ਹੀ ਜਾਂਦੇ, ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਪ੍ਰੇਅਰ ਕੀਤੀ ਹੈ ਜਾਂ ਕਿ ਪਟੀਸ਼ਨ ਕੀਤੀ ਹੈ ਜਾਂ ਕਿ ਰਿਕੁਐਸਟ ਕੀਤੀ ਹੈ ਜਾਂ ਕਿ ਅਸੀਂ ਧੰਨਵਾਦ ਹੀ ਕੀਤਾ ਹੈ। ਅਸੀਂ ਧੰਨਵਾਦ ਨੂੰ ਵੀ ਕਈ ਵਾਰੀ ਪ੍ਰਾਰਥਨਾ ਹੀ ਸਮਝੀ ਜਾਂਦੇ ਹਾਂ, ਅਸੀਂ ਕਈ ਵਾਰੀ ਬੇਨਤੀ ਨੂੰ ਵੀ ਪ੍ਰੇਅਰ ਹੀ ਸਮਝੀ ਜਾਂਦੇ ਹਾਂ, ਅਸੀਂ ਕਈ ਵਾਰੀ ਪਟੀਸ਼ਨ ਨੂੰ ਵੀ ਪ੍ਰੇਅਰ ਸਮਝੀ ਜਾਂਦੇ। ਪ੍ਰੇਅਰ ਦਾ ਮਤਲਬ ਕਿਸੇ ਸਕਾਲਰ ਨੇ ਬੜਾ ਜ਼ਬਰਦਸਤ ਦੱਸਿਆ ਸ਼ਾਰਟ ਦੇ ਵਿੱਚ, ਕਹਿੰਦਾ ਪ੍ਰਾਰਥਨਾ ਪ੍ਰੇਅਰ ਦਾ ਮਤਲਬ ਸਿਰਫ ਸ਼ਾਰਟ ਦੇ ਵਿੱਚ ਇੱਕੋ ਹੀ ਹੈ, ਇਨਸਾਨ ਜਦੋਂ ਥੱਕ ਜਾਂਦਾ ਹੈ, ਜਦੋਂ ਪੱਕ ਜਾਂਦਾ ਹੈ, ਜਦੋਂ ਉਹਦੇ ਬੱਸੋਂ ਬਾਹਰ ਹੋ ਜਾਂਦਾ, ਜਦੋਂ ਉਹ ਸਰੈਂਡਰ ਕਰ ਦਿੰਦਾ ਹੈ, ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਮੇਰੇ ਬੱਸ ਦਾ ਕੰਮ ਨਹੀਂ, ਔਰ ਜੋ ਉਹਦੇ ਮੂੰਹ ਦੇ ਵਿੱਚ ਫਿਰ ਇੱਕੋ ਹੀ ਲਫ਼ਜ਼ ਨਿਕਲਦਾ ਹੈ, ਹੁਣ ਮੈਂ ਨਹੀਂ ਕਰ ਸਕਦਾ, ਹੁਣ ਤੂੰ ਕਰ। ਹਾਲੇਲੂਇਆ। ਇਸੇ ਲਈ ਉਸ ਮਿਰਗੀ ਦਾ ਜਿਹਨੂੰ ਦੌਰਾ ਪੈਂਦਾ ਸੀ ਉਹਦੇ ਬਾਪ ਨੇ ਕਿਹਾ, ਕਹਿੰਦਾ ਜੇ ਤੂੰ ਕੁਛ ਕਰ ਸਕਦਾ ਹੈ ਤੇ ਯਿਸੂ ਮਸੀਹ ਨੇ ਕਿਹਾ ਇਮਾਨ ਰੱਖਣ ਵਾਲੇ ਦੇ ਲਈ ਸਭ ਕੁਛ ਹੋ ਸਕਦਾ। ਹਾਲੇਲੂਇਆ। ਜਦੋਂ ਵਿਸ਼ਵਾਸ ਰੱਖਦੇ ਹਾਂ ਫਿਰ ਸਭ ਕੁਛ ਹੋ ਸਕਦਾ ਹੈ, ਜਦੋਂ ਵਿਸ਼ਵਾਸ ਨਹੀਂ ਰੱਖਦੇ ਫਿਰ ਉਦੋਂ ਕੁਛ ਵੀ ਨਹੀਂ ਹੁੰਦਾ। ਔਰ ਪਰਮੇਸ਼ੁਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਜੈਸਾ ਅਸੀਂ ਪੜ੍ਹਦੇ ਹਾਂ ਫਿਲਪੀਓ ਦੇ ਖਾਤੇ ਦੇ ਵਿੱਚ ਔਰ ਸੋਰੀ ਤਸਲੋਨੀਕੀ ਵਿੱਚ, ਹਮੇਸ਼ਾ ਆਨੰਦਿਤ ਰਹੋ, ਲਗਾਤਾਰ ਪ੍ਰਾਰਥਨਾ ਕਰੋ, ਹਰ ਹਾਲ ਦੇ ਵਿੱਚ ਧੰਨਵਾਦ ਕਰੋ ਕਿਉਂਕਿ ਮਸੀਹ ਯਿਸੂ ਦੇ ਵਿੱਚ ਖੁਦਾ ਦੀ ਇਹੋ ਮਰਜ਼ੀ। ਹਾਲੇਲੂਇਆ। ਹਮੇਸ਼ਾ ਆਨੰਦਿਤ ਰਹੋ, ਹਮੇਸ਼ਾ ਖੁਸ਼ ਰਹੋ, ਖੁਦਾ ਇਹ ਚਾਹੁੰਦਾ ਹੈ। ਲਗਾਤਾਰ ਪ੍ਰਾਰਥਨਾ ਕਰੋ, ਪਰ ਅਸੀਂ ਕਦੋਂ ਪ੍ਰਾਰਥਨਾ ਕਰਦੇ ਹਾਂ? ਜਦੋਂ ਦੁੱਖ ਆਉਂਦਾ ਹੈ ਉਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਜਦੋਂ ਮੁਸੀਬਤਾਂ ਆਉਂਦੀਆਂ ਉਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਜਦੋਂ ਦੁੱਖ ਦੇ ਵਿੱਚ ਮਰੇ ਜਾਂਦੇ ਹਾਂ ਉਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਲੇਕਿਨ ਖੁਦਾ ਚਾਹੁੰਦਾ ਹੈ ਹਰ ਹਾਲ ਦੇ ਵਿੱਚ ਅਸੀਂ ਉਹਦਾ ਧੰਨਵਾਦ ਕਰੀਏ। ਆ ਮੁਸਲਮਾਨਾਂ ਦੇ ਬਾਰੇ ਅਸੀਂ ਸੁਣਦੇ ਹਾਂ, ਇਹਨਾਂ ਦੀ ਕਈ ਚੀਜ਼ਾਂ ਸਾਨੂੰ ਬੁਰੀਆਂ ਵੀ ਲੱਗਦੀਆਂ, ਲੇਕਿਨ ਇਹਨਾਂ ਦੀ ਇੱਕ ਖਾਸ ਗੱਲ ਦੇ ਬਾਰੇ ਸ਼ਾਇਦ ਤੁਹਾਨੂੰ ਨਹੀਂ ਪਤਾ ਕਿਉਂਕਿ ਅਸੀਂ ਅਰਬ ਦੇ ਵਿੱਚ ਰਹੇ ਹਾਂ ਤੇ ਜ਼ਿਆਦਾਤਰ ਇਹਨਾਂ ਨਾਲ ਸਾਡਾ ਵਾਸਤਾ ਰਿਹਾ ਤੇ ਸਾਨੂੰ ਪਤਾ ਇਹਨਾਂ ਦੇ ਬਾਰੇ ਇੱਕ ਖਾਸ ਗੱਲ, ਇਹਨਾਂ 'ਚ ਬੜੀ ਜ਼ਬਰਦਸਤ ਹੈ। ਮੁਸਲਮਾਨ ਦੀ ਤਾਜ਼ੀ ਤਾਜ਼ੀ ਲੱਤ ਵੀ ਕੱਟੀ ਹੋਵੇ ਨਾ ਤਾਂ ਉਹਨੂੰ ਜਾ ਕੇ ਤੁਸੀਂ ਉਹਦਾ ਪਤਾ ਲੈਣ ਜਾਓ ਵੀ ਕੀ ਹਾਲ ਚਾਲ ਹੈ, ਉਹ ਕਹਿੰਦਾ ਅੱਲਾਹ ਦਾ
शुक्र है। ਕ੍ਰਿਸ਼ਨਾ ਦੇ ਵਿੱਚ ਸਭ ਤੋਂ ਵੱਡੀ ਖੂਬੀ ਇਹ ਹੈ ਵੀ ਅਜੇ ਮੌਤ ਦੇ ਕਿਨਾਰੇ ਤੇ ਬੰਦਾ ਪਿਆ ਹੋਵੇ ਤਾਂ ਵੀ ਉਹਨੂੰ ਇੱਕ ਉਮੀਦ ਹੁੰਦੀ ਵੀ ਖੁਦਾ ਅਜੇ ਵੀ ਮੇਰੀ ਪ੍ਰਾਰਥਨਾ ਨੂੰ ਸੁਣ ਲਵੇਗਾ। ਹਾਲੇਲੂਇਆ। ਇਹਦਾ ਮਤਲਬ ਜਿਹੜੀਆਂ ਕੌਮਾਂ ਰੱਖੀਆਂ ਉਹ ਕਿਸੇ ਨਾ ਕਿਸੇ ਖੂਬੀ ਦਾ ਕਰਕੇ ਟਿਕੀਆਂ ਹੋਈਆਂ, ਜੇ ਖੂਬੀਆਂ ਨਾ ਹੋਣ ਤੇ ਮੇਰਾ ਖਿਆਲ ਕਦੋਂ ਦੇ ਨਾਸ਼ ਹੋ ਜਾਣ। ਪ੍ਰਾਰਥਨਾ ਦਾ ਤਰੀਕਾ ਖੁਦਾ ਚਾਹੁੰਦਾ ਹੈ ਹਮੇਸ਼ਾ ਅਸੀਂ ਖੁਸ਼ ਰਹੀਏ। ਸ਼ੈਤਾਨ ਦਾ ਸਭ ਤੋਂ ਵੱਡਾ ਵਾਰ ਹੀ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਖੁਸ਼ੀ ਨੂੰ ਖੋਣਾ ਚਾਹੁੰਦਾ ਹੈ। ਉਹ ਸਾਨੂੰ ਖੁਸ਼ ਨਹੀਂ ਦੇਖਣਾ ਚਾਹੁੰਦਾ, ਔਰ ਜਿਹੜੀ ਉਹ ਖੁਸ਼ੀ ਦਿੰਦਾ ਹੈ ਉਹ ਟੈਂਪਰੇਰੀ ਖੁਸ਼ੀ ਹੁੰਦੀ ਹੈ, ਉਹ ਪਰਮਾਨੈਂਟ ਖੁਸ਼ੀ ਨਹੀਂ ਹੁੰਦੀ। ਔਰ ਮੈਂ ਦੇਖਿਆ ਤੁਹਾਡਾ ਆਨੰਦ ਤੁਹਾਡੇ ਉਸ ਕੋਲੋਂ ਕੋਈ ਖੋ ਨਾ ਲਵੇ, ਔਰ ਖੁਦਾ ਦੀ ਮਰਜ਼ੀ ਹੈ ਕਿ ਤੁਹਾਡਾ ਆਨੰਦ ਜਦੋਂ ਖੁਦਾ ਦਿੰਦਾ ਫਿਰ ਉਸ ਆਨੰਦ ਨੂੰ ਕਦੇ ਵੀ ਖੋ ਨਹੀਂ ਸਕਦਾ, ਕੋਈ ਦੁਨੀਆਂ ਦੀ ਤਾਕਤ ਨਹੀਂ ਖੋ ਸਕਦੀ। ਔਰ ਸ਼ੈਤਾਨ ਦਾ ਇਹੀ ਹਮਲਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਸਾਡੀ ਖੁਸ਼ੀ ਨੂੰ ਸਾਡੇ ਕੋਲੋਂ ਖੋ ਲਵੇ। ਖੁਦਾ ਦੀ ਮਰਜ਼ੀ ਹੈ ਕਿ ਅਸੀਂ ਹਮੇਸ਼ਾ ਉਹਦੇ ਵਿੱਚ ਖੁਸ਼ ਰਹੀਏ, ਆਨੰਦਿਤ ਰਹੀਏ, ਤਾਂ ਕਿ ਉਹਦੇ ਮਨ ਨੂੰ ਪਾਉਂਦੇ ਰਹੀਏ। ਲਗਾਤਾਰ ਪ੍ਰਾਰਥਨਾ ਕਰੀਏ, ਹਰ ਹਾਲ ਦੇ ਵਿੱਚ ਧੰਨਵਾਦ ਕਰੀਏ, ਕਿਉਂਕਿ ਯਿਸੂ ਮਸੀਹ ਦੇ ਵਿੱਚ ਖੁਦਾ ਚਾਹੁੰਦਾ ਹੈ ਕਿ ਉਹਦੀ ਇਹੀ ਇੱਛਾ ਹੈ। ਔਰ ਜਿੰਨੀ ਦੇਰ ਤੱਕ ਅਸੀਂ ਉਹਦੀ ਇੱਛਾ ਨੂੰ ਨਹੀਂ ਜਾਣਦੇ ਉਨੀ ਦੇਰ ਤੱਕ ਪ੍ਰਾਰਥਨਾ ਜਿਹੜੀ ਹੈ ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ। ਔਰ ਗਾਇਓ ਜੀ ਲਿਖਿਆ, ਜਦੋਂ ਤੁਸੀਂ ਮੰਗਦੇ ਹੋ ਤੇ ਫਿਰ ਭਰਮ ਨਾ ਕਰੋ। ਜਿਹੜਾ ਭਰਮ ਕਰਦਾ ਉਹ ਸਮੁੰਦਰ ਦੀ ਛਲ ਵਰਗਾ ਹੈ ਜਿਹੜੀ ਆਉਂਦੀ ਹੈ ਤੇ ਚਟਾਨ ਨਾਲ ਟਕਰਾਉਂਦੀ ਹੈ ਤੇ ਫਿਰ ਨਾਸ਼ ਹੋ ਜਾਂਦੀ ਹੈ। ਵਿਸ਼ਵਾਸ ਇੰਨਾ ਹੋਣਾ ਚਾਹੀਦਾ ਕਿ ਜਦੋਂ ਆਮੀਨ ਕਹਿ ਦਈਏ, ਆਮੀਨ ਤੋਂ ਬਾਅਦ ਫਿਰ ਕਦੀ ਇਹ ਵਿਚਾਰ ਨਹੀਂ ਕਰਨਾ ਕਿ ਮੇਰੀ ਦੁਆ ਸੁਣੀ ਗਈ ਹੋਵੇਗੀ ਕਿ ਨਹੀਂ ਸੁਣੀ ਗਈ ਹੋਵੇਗੀ। ਇਸੇ ਲਈ ਫਰਿਸ਼ਤੇ ਨੇ ਆ ਕੇ ਡੈਨੀਅਲ ਨੂੰ ਕਿਹਾ ਕਿ ਨਾ ਦੁਆ ਜਦੋਂ ਤੂੰ ਕੀਤੀ ਸੀ ਤੇਰੀ ਦੁਆ ਉਸੇ ਵਕਤ ਖੁਦਾ ਦੇ ਹਜ਼ੂਰ ਕਬੂਲ ਹੋ ਗਈ, ਉਸੇ ਵਕਤ ਪਹੁੰਚ ਗਈ ਸੀਗੀ, ਉਹਦਾ ਜਵਾਬ ਲੈ ਕੇ ਮੈਂ ਆ ਰਿਹਾ ਸੀ। ਔਰ ਇਹ ਜਿਹੜੇ ਦਿਨ ਵਿੱਚ ਲੱਗ ਗਏ ਉਹਦਾ ਕਾਰਨ ਇਹ ਸੀਗਾ ਕਿ ਸ਼ੈਤਾਨ ਨਹੀਂ ਸੀ ਚਾਹੁੰਦਾ ਉਸ ਚੀਜ਼ ਦਾ ਜਵਾਬ ਤੇਰੇ ਕੋਲ ਪਹੁੰਚੇ, ਔਰ ਉਹਨੇ ਮੈਨੂੰ ਰਾਹ ਦੇ ਵਿੱਚ ਘੇਰ ਲਿਆ, ਮੈਂ ਉਹਨਾਂ ਉੱਤੇ ਪਤਾਮੰਦ ਨਹੀਂ ਹੋ ਸਕਿਆ। ਫਿਰ ਖੁਦਾ ਨੇ ਆਪਣਾ ਮਹਾਨ ਫਰਿਸ਼ਤਾ ਭੇਜਿਆ, ਫਿਰ ਅਸੀਂ ਉਹਨਾਂ ਨੇ ਯੁੱਧ ਕੀਤਾ, ਔਰ ਯੁੱਧ ਕਰਨ ਤੋਂ ਬਾਅਦ ਜਿੱਤ ਕੇ ਅਸੀਂ ਹੁਣ ਤੇਰੇ ਕੋਲ ਆਏ ਹਾਂ ਤਾਂ ਕਿ ਤੈਨੂੰ ਦੱਸ ਸਕੀਏ ਤੇ ਇੱਕ ਗੱਲ ਤੇਰੇ ਦਿਮਾਗ 'ਚ ਪਾ ਸਕੀਏ ਕਿ ਤੇਰੇ ਮਨ ਦੇ ਵਿੱਚ ਇਹ ਵਿਚਾਰ ਨਾ ਆਵੇ ਕਿ ਜਦੋਂ ਤੂੰ ਕਿਹਾ ਸੀ ਖੁਦਾ ਨੇ ਸੁਣਿਆ ਨੀ, ਤੇਰੀ ਗੱਲ ਨੂੰ ਖੁਦਾ ਨੇ ਉਸੇ ਵਕਤ ਸੁਣ ਲਿਆ ਸੀ। ਅੱਜ ਜਦੋਂ ਅਸੀਂ ਵੀ ਮੰਗਦੇ ਹਾਂ ਸਾਨੂੰ ਇਹ ਯਕੀਨ ਕਰ ਲੈਣਾ ਚਾਹੀਦਾ ਹੈ ਕਿ ਖੁਦਾਵੰਦ ਖੁਦਾ ਦੇ ਕੋਲੋਂ ਜਦੋਂ ਅਸੀਂ ਮੰਗਿਆ ਸੀਗਾ ਉਦੋਂ ਸਾਡੀ ਗੱਲ ਜਿਹੜੀ ਆ ਸਾਡੀ ਪਟੀਸ਼ਨ ਉੱਥੇ ਪਹੁੰਚ ਚੁੱਕੀ ਸੀ। ਹਾਲੇਲੂਇਆ। ਫਿਰ ਖੁਦਾ ਵਿਚਾਰ ਕਰਦਾ ਹੈ ਉਸ ਪਟੀਸ਼ਨ ਦੇ ਉੱਤੇ। ਪਟੀਸ਼ਨ ਕੋਈ ਵੀ ਦਾਇਰ ਕਰ ਸਕਦਾ ਹੈ, ਤੁਸੀਂ ਇਸ ਗੌਰਮੈਂਟ ਨੂੰ ਕੋਈ ਵੀ ਪਟੀਸ਼ਨ ਦੇ ਸਕਦੇ ਹੋ ਕਿ ਆਹ ਵਾਲੀ ਚੀਜ਼ ਜਿਹੜੀ ਆ ਅਗਰ ਇਸ ਤਰ੍ਹਾਂ ਕੀਤੀ ਜਾਵੇ ਤੇ ਇਹਦਾ ਫਾਇਦਾ ਹੋ ਸਕਦਾ, ਤੁਸੀਂ ਉਹਦੇ 'ਚ ਆਪਣੇ ਸਾਰੇ ਕਾਰਨ ਲਿਖ ਸਕਦੇ ਹੋ। ਉਸ ਤੋਂ ਬਾਅਦ ਉਹ ਦੇਖਦੇ ਆ, ਵਿਚਾਰ ਕਰਦੇ ਆ ਵੀ ਇਸ ਪਟੀਸ਼ਨ ਦੇ ਉੱਤੇ ਅਸੀਂ ਕੀ ਫੈਸਲਾ ਲੈਣਾ ਹੈ। ਕਈ ਵਾਰੀ ਸਾਡੀ ਪ੍ਰਾਰਥਨਾ ਜਿਹੜੀ ਇਸ ਕਿਸਮ ਦੀ ਹੁੰਦੀ ਹੈ ਜਿਵੇਂ ਇੱਕ ਮਾਂ ਨੇ ਆ ਕੇ ਅਰਜ਼ੀ ਕੀਤੀ, ਜਿਹੜੇ ਦੋ ਭਰਾ ਸਨ, ਕੀ ਕਹਿੰਦੇ ਆ ਯਿਸੂ ਮਸੀਹ ਨੂੰ, ਕਹਿੰਦੀ ਜਾਂ ਤੇਰਾ ਰਾਜ ਆਵੇ ਤੇ ਮੇਰਾ ਇੱਕ ਪੁੱਤਰ ਤੇਰੇ ਸੱਜੇ ਬੈਠੇ ਤੇ ਇੱਕ ਪੁੱਤਰ ਤੇਰੇ, ਇਹ ਵੀ ਮੰਗਦੀ ਪਈ ਹੈ। ਲੇਕਿਨ ਉਹਨੂੰ ਪਤਾ ਹੀ ਨਹੀਂ ਹੈ ਵੀ ਮੰਗਣ ਕੀ ਲਈ। ਫਿਰ ਯਿਸੂ ਮਸੀਹ ਨੇ ਕਿਹਾ, ਕਹਿੰਦਾ ਵੀ ਰਾਜ ਤੇ ਮੇਰਾ ਜ਼ਰੂਰ ਆਉਣਾ ਹੈ, ਪਰ ਜਿਹੜੀ ਤੂੰ ਚੀਜ਼ ਮੰਗਦੀ ਹੈ ਸ਼ਾਇਦ ਤੈਨੂੰ ਵੀ ਨਹੀਂ ਪਤਾ ਤੂੰ ਕੀ ਮੰਗ ਰਹੀ ਹੈ, ਕਿਉਂਕਿ ਸੱਜੇ ਤੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ, ਉਹ ਤੇ ਪਿਤਾ ਬਿਠਾਵੇਗਾ, ਤੇ ਸੱਜੇ ਹੱਥ ਵਾਲੇ ਤੇ ਮੁਬਾਰਕ ਹਨ, ਲੇਕਿਨ ਜਿਹੜੇ ਖੱਬੇ ਹੱਥ ਬੈਠ ਜਾਣੇ ਹਨ ਉਹ ਤੇ ਸਿੱਧੇ ਨਰਕ ਦੀ ਅੱਗ 'ਚ ਜਾਣੇ। ਤੇ ਫਿਰ ਖੁਦਾ ਸਾਡੀ ਇਹੋ ਜਿਹੀ ਜਦੋਂ ਪਟੀਸ਼ਨ ਜਿਹੜੀ ਬੇਖੁਦਾ ਪਟੀਸ਼ਨ ਹੁੰਦੀ ਜਦੋਂ ਉਹ ਪਹੁੰਚਦੀ ਹੈ ਨਾ, ਤੇ ਫਿਰ ਉਹ 'ਤੇ ਵਿਚਾਰ ਕੀਤਾ ਜਾਂਦਾ ਵੀ ਇਹਦੇ ਉੱਤੇ ਹੁਣ ਨਿਰਣੇ ਕੀ ਲਿਆ ਜਾਵੇ। ਜਿਵੇਂ ਕੋਈ ਕਈ ਵਾਰੀ ਕੋਈ ਭਾਸ਼ਾ ਨਹੀਂ ਆਉਂਦੀ ਹੁੰਦੀ ਤੇ ਲੋਕ ਫਿਰ ਪ੍ਰਾਰਥਨਾ ਕਰਦੇ ਆ ਉਸ ਭਾਸ਼ਾ ਦੇ ਵਿੱਚ ਜਿਹੜੀ ਆਉਂਦੀ ਨਹੀਂ ਹੁੰਦੀ, ਅੰਗਰੇਜ਼ੀ ਨਹੀਂ ਆਉਂਦੀ ਹੁੰਦੀ, ਉਹਨੂੰ ਅੰਗਰੇਜ਼ੀ ਨੂੰ ਫਿਰ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕਰਦੇ, ਕਈ ਵਾਰੀ ਸ਼ਬਦ ਗਲਤ ਹੋ ਜਾਂਦਾ, ਲੇਕਿਨ ਖੁਦਾ ਸਾਡੇ ਦਿਲਾਂ ਤੋਂ ਜਾਣਦਾ ਵੀ ਕਹਿਣਾ ਕੀ ਚਾਹੁੰਦਾ ਸੀ, ਉਹਦੇ 'ਤੇ ਵਿਚਾਰ ਕੀਤਾ ਜਾਂਦਾ। ਲੇਕਿਨ ਉਸ ਗਲਤ ਦੁਆ ਦੇ ਉੱਤੇ ਕਈ ਵਾਰੀ ਅਸੀਂ ਆਮੀਨ ਕਹਿ ਦਿੰਦੇ, ਗਲਤ ਦੁਆ ਦੇ ਉੱਤੇ ਆਮੀਨ ਹੋ ਜਾਂਦਾ ਆ। ਤੋ ਜਦੋਂ ਇੰਨੇ ਲੋਕ ਆਮੀਨ ਕਹਿੰਦੇ ਫਿਰ ਖੁਦਾ ਨੂੰ ਵਿਚਾਰ ਕਰਨਾ ਪੈਂਦਾ ਵੀ ਹੁਣ ਇਹ ਮੰਗੇ ਵੀ ਗਲਤ ਜਾ ਰਹੇ ਤੇ ਆਮੀਨ ਵੀ ਸਾਰੇ ਕਹਿ ਕੇ ਸ਼ਾਮਿਲ ਵੀ ਹੋਏ ਜਾ ਰਹੇ, ਫੈਸਲਾ ਮੈਂ ਕੀ ਲਵਾਂ, ਮੈਨੂੰ ਕੀ ਕਰਨਾ ਚਾਹੀਦਾ ਹੈ। ਸੋ ਸਾਡੇ ਸਾਜ ਦੱਸਦੇ ਕੋਈ ਬੰਦਾ ਉਹਨੂੰ ਉਰਦੂ ਬੋਲਣ ਦਾ ਜ਼ਿਆਦਾ ਚਾਅ ਸੀਗਾ ਤੇ ਸਿੱਖਣ ਦੀ ਤਮੰਨਾ ਰੱਖਦਾ ਸੀ, ਲੇਕਿਨ ਉਰਦੂ ਬਰਾਬਰ ਆਉਂਦਾ ਨਹੀਂ ਸੀ ਤੇ ਕਿਸੇ ਨੇ ਦੁਆ ਕਰਨ ਲੱਗ ਪਿਆ ਵਿਚਾਰੇ ਨੂੰ, ਉਹਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਗਈ ਸੀ। ਤੇ ਹੁਣ ਇੰਗਲਿਸ਼ ਉਰਦੂ ਦੇ ਵਿੱਚ ਜਿਹੜੇ ਲਫ਼ਜ਼ ਇਸਤੇਮਾਲ ਕਰ ਰਿਹਾ ਉਹ ਜਿਹੜਾ ਦੁਆ ਮੰਗ ਰਿਹਾ ਉਹਦੇ ਕਹਿਣ ਦਾ ਮਤਲਬ ਇਹ ਆ ਉਰਦੂ ਦੇ ਵਿੱਚ ਜਿਹੜੀ ਉਹ ਗੱਲ ਕਹਿ ਰਿਹਾ ਵੀ ਖੁਦਾ ਤੋਂ ਖੁਦਾ ਜਿਹੜੀ ਇਹਦੀ ਮਾੜੀ ਮੋਟੀ ਨਜ਼ਰ ਹੈਗੀ ਉਹ ਵੀ ਜਾਂਦੀ ਲੱਗੇ, ਸਾਰੇ ਕਹਿੰਦੇ ਆਮੀਨ। ਹੁਣ ਖੁਦਾ ਨੂੰ ਵਿਚਾਰ ਕਰਨਾ ਪੈਣਾ ਭਾਸ ਸਾਹਿਬ ਵੀ ਇਹ ਕਿਹੋ ਜਿਹੀ ਗੱਲ ਤੇ ਆਮੀਨ ਕਹਿਣ ਦੇ। ਅਸੀਂ ਵੀ ਕਈ ਵਾਰੀ ਏਦਾਂ ਦੀਆਂ ਚੀਜ਼ਾਂ ਮੰਗ ਲੈਂਦੇ ਹਾਂ ਜਿਸ ਤੇ ਖੁਦਾ ਨੂੰ ਵਿਚਾਰ ਕਰਨਾ ਪੈਂਦਾ, ਇਹ ਕਿਹੋ ਜਿਹੀ ਪਟੀਸ਼ਨ ਆ ਸੀ ਜੀ ਇਹਨਾਂ ਨੇ, ਇਹ ਮੰਗਣ ਕੀ ਡੇ ਆ, ਖੁਦਾ ਨੂੰ ਵਿਚਾਰ ਕਰਨਾ ਪੈਂਦਾ ਵੀ ਹੁਣ ਇਹਨਾਂ ਮੈਂ ਦਵਾਂ ਕਿ ਨਾ ਦਵਾਂ। ਹੁਣ ਜੇ ਤੇ ਆਮੀਨ ਦੇ ਉੱਤੇ ਖੁਦਾ ਕੰਮ ਕਰੇ ਤੇ ਫਿਰ ਤੇ ਉਹਨੂੰ ਅੰਨਾ ਕਰਨਾ ਪਊਗਾ, ਲੇਕਿਨ ਫਿਰ ਖੁਦਾ ਵਿਚਾਰ ਕਰਦਾ ਵੀ ਨਹੀਂ
क्योंकि वह दिल तो जानता भी कहना कुछ होर चाहता पर मूह कुछ हो निकल रहा है जो निकल रहा वो तो कोई गल नहीं पर जो दुआ के आमीन कहते हैं इन्हों सतर्क रहना चाहिए हमेशा इन्हों का ध्यान तो किसी होर पास हों आमीन तो उदा ही कह देंगे जे ओ को गलती हो रही है दुआ करने वाले तो घट्टो घट सूरत रह के दुआ सुनो ताकि आमीन कहने तो पहला विचार किया जाए भी सू आमीन कहना चाहिए है भी कि नहीं कहना चाहिए एक बार साढ़े दोस्त थे राजनीति कोई प्रोग्राम हो रहा है और उसे प्रकाश सिंह बादल होने स्पीच कर रहे हैं भी जोड़ा मैं कणक का भा है ना वो मैं 1000 रुपए तो 1300 रुपए कर दिता है और किसान भरावान के लिए बड़ी कहते खुशी की गल है और सारे लोग ताड़ियां मार रहे हूँ किसान तो ताड़ियां मारन क्योंकि उन्होंने 300 रुपया वध गया अज इंसान भी चलाक इना हो गया है वो जो कोई कलाम सुना रहा है कोई गल कर रहा है कई बार इदा सिर मार दे कई बार इदा कर रहे बंदा कहना शायद ही इंजॉय कर रहा है भी इदा कर रहा है कई बार अगला यही सोच रहा फस कितने गए छुटकारा हो जाए ये बॉडी लैंग्वेज उत्ते भी ख्याल रखना पैंदा है ताड़ियां कई बार मारते हैं पता होंगे नहीं कि